ਸਤਿ ਸ਼੍ਰੀ ਅਕਾਲ ਜੀ। ਪੰਜਾਬ ਜਾਣੀ ਕਿ ਪੰਜਾਂ ਦਰਿਆਵਾਂ ਦੀ ਧਰਤੀ, ਜਿਹਦੇ ਵਿੱਚ ਇੱਕ ਛੇਵਾਂ ਦਰਿਆ ਵਗ ਰਿਹਾ ਹੈ, ਜਿਹਨੂੰ ਕਹਿੰਦੇ ਆਪਾਂ ਨਸ਼ਾ ਦਰਿਆ, ਜਿਹਨੇ ਆਪਣੀ ਆਉਣ ਵਾਲੀ ਨਸਲ, ਆਉਣ ਵਾਲੀ ਜਵਾਨੀ ਖਰਾਬ ਕੀਤੀ ਹੈ। ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਤੇ DGP ਪੰਜਾਬ ਸ਼੍ਰੀ ਯਾਦਵ ਹੋਣਾ ਨੇ ਇੱਕ ਵੱਡਾ ਉੱਦਮ ਕੀਤਾ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ, ਫਿਰ ਮੁੜ ਕੇ ਇਹਨੂੰ ਸੁਰਜੀਤ ਕਰੀਏ, ਆਪਣੇ ਵਿਰਸੇ ਵਿਰਾਸਤ ਨੂੰ ਸਾਂਭੀਏ, ਆਪਣੀ ਜਵਾਨੀ ਨੂੰ ਸਾਂਭੀਏ। ਸੋ ਇਕੱਲਾ ਪ੍ਰਸ਼ਾਸਨ ਕੁਛ ਨਹੀਂ ਕਰ ਸਕਦਾ, ਇਸ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਵੀ ਆਪਾਂ ਸਾਰੇ ਜਾਣੇ ਸਹਿਯੋਗ ਦੇਈਏ ਇਸ ਸ਼ਲਾਘਾਯੋਗ ਕਦਮ ਦਾ। ਸੋ ਆਪਾਂ ਆਓ ਪਿਆਰ ਵਾਲੇ ਸਾਰੇ ਜਾਣੇ ਮੁੜ ਕੇ ਪੰਜਾਬ ਨੂੰ ਸੁਰਜੀਤ ਕਰੀਏ, ਵਿਰਸੇ ਵਿਰਾਸਤ ਨੂੰ ਸੁਰਜੀਤ ਕਰੀਏ, ਆਪਾਂ ਮੁੜ ਕੇ ਪੰਜਾਬ ਨੂੰ ਹੀ ਸੋਨੇ ਦੀ ਚਿੜੀ ਬਣਾਈਏ। ਸੋ ਮੈਂ ਸਮਝਦਾ ਤੁਸੀਂ ਇਸ ਅਪੀਲ ਨੂੰ ਜ਼ਰੂਰ ਮੰਨੋਗੇ ਤੇ ਮੈਂ ਬਹੁਤ ਸ਼ਲਾਘਾ ਕਰਦਾ ਇਸ ਕਦਮ ਦੀ, ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ। ਚੜ੍ਹਦੀਆਂ ਕਲਾ ਚੋਂ ਸਤਿ ਸ਼੍ਰੀ ਅਕਾਲ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਜਾਣੀ ਕਿ ਪੰਜਾਂ ਦਰਿਆਵਾਂ ਦੀ ਧਰਤੀ, ਜਿਹਦੇ ਵਿੱਚ ਇੱਕ ਛੇਵਾਂ ਦਰਿਆ ਵਗ ਰਿਹਾ ਹੈ, ਜਿਹਨੂੰ ਕਹਿੰਦੇ ਆਪਾਂ ਨਸ਼ਾ ਦਰਿਆ, ਜਿਹਨੇ ਆਪਣੀ ਆਉਣ ਵਾਲੀ ਨਸਲ, ਆਉਣ ਵਾਲੀ ਜਵਾਨੀ ਖਰਾਬ ਕੀਤੀ ਹੈ। ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਤੇ DGP ਪੰਜਾਬ ਸ਼੍ਰੀ ਯਾਦਵ ਹੋਣਾ ਨੇ ਇੱਕ ਵੱਡਾ ਉੱਦਮ ਕੀਤਾ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ, ਫਿਰ ਮੁੜ ਕੇ ਇਹਨੂੰ ਸੁਰਜੀਤ ਕਰੀਏ, ਆਪਣੇ ਵਿਰਸੇ ਵਿਰਾਸਤ ਨੂੰ ਸਾਂਭੀਏ, ਆਪਣੀ ਜਵਾਨੀ ਨੂੰ ਸਾਂਭੀਏ। ਸੋ ਇਕੱਲਾ ਪ੍ਰਸ਼ਾਸਨ ਕੁਛ ਨਹੀਂ ਕਰ ਸਕਦਾ, ਇਸ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਵੀ ਆਪਾਂ ਸਾਰੇ ਜਾਣੇ ਸਹਿਯੋਗ ਦੇਈਏ ਇਸ ਸ਼ਲਾਘਾਯੋਗ ਕਦਮ ਦਾ। ਸੋ ਆਪਾਂ ਆਓ ਪਿਆਰ ਵਾਲੇ ਸਾਰੇ ਜਾਣੇ ਮੁੜ ਕੇ ਪੰਜਾਬ ਨੂੰ ਸੁਰਜੀਤ ਕਰੀਏ, ਵਿਰਸੇ ਵਿਰਾਸਤ ਨੂੰ ਸੁਰਜੀਤ ਕਰੀਏ, ਆਪਾਂ ਮੁੜ ਕੇ ਪੰਜਾਬ ਨੂੰ ਹੀ ਸੋਨੇ ਦੀ ਚਿੜੀ ਬਣਾਈਏ। ਸੋ ਮੈਂ ਸਮਝਦਾ ਤੁਸੀਂ ਇਸ ਅਪੀਲ ਨੂੰ ਜ਼ਰੂਰ ਮੰਨੋਗੇ ਤੇ ਮੈਂ ਬਹੁਤ ਸ਼ਲਾਘਾ ਕਰਦਾ ਇਸ ਕਦਮ ਦੀ, ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ। ਚੜ੍ਹਦੀਆਂ ਕਲਾ ਚੋਂ ਸਤਿ ਸ਼੍ਰੀ ਅਕਾਲ, ਥੈਂਕ ਯੂ।